ਕਿਸੇ ਦਾ ਅਧਿਕਾਰ ਹੈ। ਅਸੀਂ ਆਪਣੀ ਪੂਰੀ ਜਵਾਨੀ 18 ਤੋਂ ਲੈ ਕੇ 60 ਤੱਕ ਸਰਕਾਰ ਦੇ ਲੇਖੇ ਲਾਉਂਦੇ ਆ ਤੇ ਆਪਣਾ ਜਿਹੜਾ ਹਰ ਇੱਕ ਸਕਿੰਟ ਜਿਹੜਾ ਉਹ ਸਰਕਾਰੀ ਕੰਮਾਂ ਵਿੱਚ ਬਤੀਤ ਕਰਦੇ ਆ। ਇਸ ਤੋਂ ਇਲਾਵਾ ਜਦੋਂ ਕੋਈ ਵੱਡੀਆਂ ਮਹਾਮਾਰੀਆਂ ਜਿੱਦਾਂ ਕਰੋਨਾ ਜਾਂ ਹੋਰ ਕੋਈ ਆਉਂਦੀਆਂ ਤਾਂ ਸਭ ਤੋਂ ਪਹਿਲਾਂ ਅਸੀਂ ਸਾਥ ਦਿੰਦੇ ਆ ਸਰਕਾਰ ਦਾ, ਕਿਉਂਕਿ ਅਸੀਂ ਸਰਕਾਰ ਦੀ ਕ੍ਰੀਡ ਦੀ ਹੱਡੀਆਂ ਸਪਾਈਨਲ ਕਾਰਡ ਆ, ਅਸੀਂ ਸਰਕਾਰ ਨੂੰ ਚਲਾਉਂਦੇ ਆ। ਤੇ ਇਹ ਉਹ ਸਰਕਾਰਾਂ ਨੇ ਜਿਹੜੀਆਂ ਸਾਡੇ ਨਾਲ ਪਹਿਲਾਂ ਧਰਨਿਆਂ 'ਚ ਆ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਤੋਂ ਕਹਿਣ ਨੂੰ ਦਿਲ ਨਹੀਂ ਕਰਦਾ, ਵਿੱਤ ਮੰਤਰੀ ਜਿਹੜੇ ਸਾਡੇ ਨਾਲ ਬੈਠ ਕੇ ਆਪਣੇ ਮੰਗ ਪੱਤਰ ਲੈਟਰ ਪੈਡ ਤੇ ਸਾਡੀ ਸਿਫਾਰਿਸ਼ ਕਰਦੇ ਰਹੇ ਪੁਰਾਣੀ ਪੈਨਸ਼ਨ ਦੀ, ਤੇ ਅੱਜ ਪੁਰਾਣੀ ਪੈਨਸ਼ਨ ਦੇ ਮੁੱਦੇ ਉੱਤੇ ਸਾਤੋਂ ਮੂੰਹ ਵੱਟਦੇ ਨਜ਼ਰ ਆ ਰਹੇ ਨੇ। ਇੱਕ ਕਾਗਜ਼ੀ ਜਿਹੜੇ ਨੋਟਿਸ ਨੇ ਉਹ ਜਾਰੀ ਕਰਨ ਤੋਂ ਸਿਵਾ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਰਹਿ ਗਿਆ। ਅਸੀਂ ਇਸ ਚੀਜ਼ ਦਾ ਡਟ ਕੇ ਵਿਰੋਧ ਕਰਦੇ ਹਾਂ ਤੇ ਜੇ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਇਸ ਦਾ ਕੋਈ ਅੱਛਾ ਜਿਹੜਾ ਫੈਸਲਾ ਨਹੀਂ ਲਿਆ ਗਿਆ ਤਾਂ ਸਾਡੇ ਜਥੇਬੰਦੀ ਮੋਹਾਲੀ CPF ਯੂਨੀਅਨ ਇਸ ਤੋਂ ਵੀ ਵੱਧ ਕੇ ਜਿਹੜਾ ਪ੍ਰਦਰਸ਼ਨ ਕਰੇਗੀ ਤੇ ਇਸ ਲਈ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰਨ ਲਈ ਆਪ ਜ਼ਿੰਮੇਵਾਰ ਹੋਏਗੀ। ਪੰਜਾਬ ਸਰਕਾਰ ਜ਼ਿੰਦਾਬਾਦ। ਸਾਥੀਓ, ਸਾਡੇ ਵਿੱਚ ਗੌਰਮੈਂਟ ਯੂਨੀਅਨ ਦੇ ਮੋਹਾਲੀ ਦੇ ਪ੍ਰਧਾਨ ਸਰਜੀਤ ਸਿੰਘ ਜੀ ਉਹ ਵੀ ਇੱਥੇ ਹਾਜ਼ਰ ਨੇ, ਤਾਂ ਉਹਨਾਂ ਨੂੰ ਕਹਾਂਗਾ ਵੀ ਉਹ ਵੀ ਆਪਣੇ ਜਿਹੜੇ ਸਰਕਾਰ ਯੋਗ ਸਾਥੀਓ ਸੁਤਰਾ ਰਣਧੀਰ ਜੀ ਨੇ ਦੱਸਿਆ ਕਿ ਅੱਜ ਅਸੀਂ ਇੱਥੇ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਦੇ ਲਈ ਇਕੱਠੇ ਹੋਏ ਹਾਂ। ਸਾਰੇ ਇਸ ਤਰ੍ਹਾਂ ਦੀਆਂ ਸਰਕਾਰਾਂ ਦੀਆਂ ਨੀਤੀਆਂ, ਚਾਹੇ ਉਹ ਸੈਂਟਰ ਦੀ ਸਰਕਾਰ ਹੈ ਚਾਹੇ ਸਟੇਟ ਦੀਆਂ ਸਰਕਾਰਾਂ, ਸਭ ਦੀਆਂ ਨੀਤੀਆਂ ਜਿਹੜੀਆਂ ਆਮ ਲੋਕਾਂ ਦੇ ਹੱਕ ਦੀਆਂ ਕੋਈ ਨੀਤੀ ਨਹੀਂ ਬਣਦੀ ਹੈ, ਉਹਨਾਂ ਨੂੰ ਲੁੱਟਣ ਦੇ ਲਈ ਨੀਤੀਆਂ ਜਿਹੜੀਆਂ ਉਹ ਬਣਦੀਆਂ। 2004 ਤੋਂ ਬਾਅਦ ਪੈਨਸ਼ਨਾਂ ਜਿਹੜੀਆਂ ਬੰਦ ਕੀਤੀਆਂ, ਹਾਲਾਂਕਿ ਸੈਂਟਰ ਨੇ ਕਿਹਾ ਸੀ ਕਿ ਸਟੇਟ ਦਾ ਮਸਲਾ ਹੈ। ਹਾਲੇ ਵੀ ਦੋ ਸਟੇਟਾਂ ਹੈਗੀਆਂ ਜਿਹਦੇ ਚ ਪੱਛਮੀ ਬੰਗਾਲ ਹੈ ਜਿਹਨਾਂ ਨੇ ਪੈਨਸ਼ਨਾਂ ਜਿਹੜੀ ਪੁਰਾਣੀ ਰੱਖੀ ਹੋਈ ਆ, ਸਤੀਸ਼ਗੜ੍ਹ ਤੇ ਬਾਕੀ ਹੁਣ ਇੱਕ ਦੋ ਸਰਕਾਰਾਂ ਨੇ ਜਿਹੜੀਆਂ ਨੇ ਵਾਅਦੇ ਕੀਤੇ ਸੀ ਸਾਡੇ ਨਾਲ, ਗੁਆਂਢੀ ਸੂਬਾ ਸਾਡਾ ਹਿਮਾਚਲ ਉੱਥੇ ਸਭ ਤੋਂ ਬਾਅਦ ਸਰਕਾਰ ਬਣੀ ਆ, ਉਹਨਾਂ ਨੇ ਪੈਨਸ਼ਨਾਂ ਜਿਹੜੀ ਪੁਰਾਣੀ ਉਹ ਬਹਾਲ ਕਰ ਦਿੱਤੀ ਆ। ਸਾਡੇ ਇੱਥੇ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਹਰ ਇੱਕ ਇਹਨਾਂ ਨੇ ਲੜਦੇ ਮੁਲਾਜ਼ਮਾਂ ਦੇ ਨਾਲ ਵਾਅਦਾ ਕੀਤਾ, ਚਾਹੇ ਸਾਡੀਆਂ ਭੈਣਾਂ ਨੂੰ ਟੈਂਕੀਆਂ ਤੋਂ ਉਤਾਰ ਕੇ ਭੈਣ ਗਏ ਜਾਂ ਟੈਂਕੀ ਤੋਂ ਉਤਾਰ ਕੇ ਲਾਏ ਆ, ਫਿਰ ਬਾਅਦ ਚ ਉਹਨਾਂ ਨੇ ਵੀ ਆ ਕੇ ਉਸੇ ਤਰ੍ਹਾਂ ਇਹਨਾਂ ਨੇ ਡੰਡਾ ਪਰੇਡ ਆ ਜਿਹੜੀ ਉਹ ਕੀਤੀ ਆ। ਸਾਡੇ ਪੈਨਸ਼ਨ ਸਾਥੀਆਂ ਦੇ ਨਾਲ ਧਰਨੇ 'ਚ ਆ ਕੇ ਵਾਅਦੇ ਕੀਤੇ ਕਿ ਆਉਣ ਸਾਰ ਅਸੀਂ ਪਹਿਲਾਂ ਜਿਹੜਾ ਸਾਡਾ ਹਰਾ ਪੈਂਦਾ ਉਹ ਤੁਹਾਡੀ ਪੈਨਸ਼ਨ ਬਹਾਲ ਕਰਨ ਲਈ ਚੱਲੇਗਾ। ਸਾਨੂੰ ਨਹੀਂ ਸਮਝ ਲੱਗਦੀ ਕਿ ਲਗਭਗ 2.5 ਸਾਲ ਹੋ ਗਏ ਉਹ ਹਰਾ ਪੈਨ ਕਿੱਥੇ ਘੁੰਮ ਗਿਆ, ਜਿਹੜਾ ਲੋਕਾਂ ਦੇ ਹੱਕ ਦੇ ਵਿੱਚ ਚੱਲਣਾ ਸੀ ਉਹ ਪੈਂਦਾ ਆਪਾਂ ਨੂੰ ਮੁੜ ਕੇ ਹਾਲੇ ਤੱਕ ਪਤਾ ਨਹੀਂ ਲੱਗਿਆ। ਸੋ ਸਾਥੀਓ, ਜੋ ਜਲੰਧਰ ਇਲੈਕਸ਼ਨ ਵੇਲੇ 2 ਲਾਈਨ ਦਾ ਨੋਟੀਫਿਕੇਸ਼ਨ ਜਿਹਨੂੰ ਕਹਿੰਦੇ ਆਪਾਂ ਕੀਤਾ ਸੀ ਕਿ ਪੰਜਾਬ ਦੇ ਵਿੱਚ ਆਪਣੇ ਜਵਾਨੀ ਸਰਕਾਰ ਦੇ ਲੇਖੇ ਲਾਈਏ ਤਾਂ ਸਾਡਾ ਪੈਨਸ਼ਨ ਹੈ ਜਿਹੜਾ ਸਾਡਾ ਹੱਕ ਆ, ਆਪਾਂ ਹੋਰ ਆਪਣੇ ਆਲੇ ਦੁਆਲੇ ਲੋਕਾਂ ਨੂੰ ਜਾਗਰੂਕ ਕਰੀਏ, ਕਿਉਂਕਿ 75% ਮੁਲਾਜ਼ਮ ਆ ਜਿਹੜੇ ਉਹ ਹੁਣ ਨਵੀਂ ਪੈਨਸ਼ਨ ਵਾਲੇ ਹੋ ਗਏ, ਸਾਡੇ ਵਰਗੇ 25% ਰਹਿ ਗਏ, ਉਹਨਾਂ ਨੇ ਵੀ 2-4 ਸਾਲਾਂ ਦੇ ਵਿੱਚ ਨਿਕਲ ਜਾਣਾ। ਸੋ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਲੋੜ ਆ। ਆਪਾਂ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਸੱਦਾ ਦਿੱਤਾ, ਸਾਰੇ ਪਾਸੇ ਆਪਾਂ ਸਾਰੇ ਰਲ ਮਿਲ ਕੇ ਆਪਾਂ, ਮੈਂ ਤਾਂ ਕਹੂੰਗਾ ਕਿ ਜਿਹੜੇ ਬਾਕੀ ਸਾਥੀ ਜਥੇਬੰਦੀਆਂ ਹੋਰ ਵੀ ਅਲੱਗ, ਆਪਾਂ ਇਸ ਘੱਟੋ ਘੱਟ ਇੱਕ ਮਸਲੇ ਤੇ ਤਾਂ ਆਪਾਂ ਇਕੱਠੇ ਹੋ ਜਾਈਏ, ਬਾਕੀ ਮਸਲੇ ਸਾਡੇ ਵੱਖਰੇ ਹੋ ਸਕਦੇ ਆ। ਪੈਨਸ਼ਨ ਦਾ ਮਸਲਾ ਤਾਂ ਸਾਡੇ ਸਾਰੇ ਮੁਲਾਜ਼ਮਾਂ ਦਾ ਇੱਕ ਮਸਲਾ ਹੈ, ਆਪਾਂ ਸਾਰੇ ਇਕੱਠੇ ਹੋ ਕੇ ਸੰਘਰਸ਼ ਕਰੀਏ ਤੇ ਸਰਕਾਰ ਆ ਜਿਹੜੀ ਉਹਨੂੰ ਮਜਬੂਰ ਕਰੀਏ ਕਿ ਪੁਰਾਣੀ ਪੈਨਸ਼ਨ ਆ ਜਿਹੜੀ ਉਹ ਪੰਜਾਬ ਦੇ ਵਿੱਚ ਜਿਹੜਾ ਉਹਨੇ ਵਾਅਦਾ ਵੀ ਕੀਤਾ ਹੋਇਆ, ਚੋਣ ਵਾਅਦਾ ਕੀਤਾ ਹੋਇਆ, ਉਹਨੂੰ ਬਹਾਲ ਕੀਤਾ ਜਾਵੇ। ਇੰਨਾ ਕੁਛ ਕਹਿੰਦਾ ਹੋਇਆ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ, 2 ਨਾਅਰੇ ਲਾਊਂਗਾ ਮੈਂ, ਪੰਜਾਬ ਸਰਕਾਰ ਮੁਰਦਾਬਾਦ, 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 ਮੁਲਾਜ਼ਮ ਏਕਤਾ ਜ਼ਿੰਦਾਬਾਦ, 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 ਪੁਰਾਣੀ ਪੈਨਸ਼ਨ ਬਹਾਲ ਕਰੋ, ਬਹਾਲ ਕਰੋ, ਬਹਾਲ ਕਰੋ, ਆਪਣੇ ਕੀਤੇ ਵਾਅਦੇ ਪੂਰੇ ਕਰੋ, ਪੂਰੇ ਕਰੋ, ਪੂਰੇ ਕਰੋ, ਕੱਚੇ ਮੁਲਾਜ਼ਮ ਪੱਕੇ ਕਰੋ, ਪੱਕੇ ਕਰੋ, ਪੱਕੇ ਕਰੋ, ਪੰਜਾਬ ਸਰਕਾਰ ਮੁਰਦਾਬਾਦ, 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 ਮੁਲਾਜ਼ਮ ਏਕਤਾ ਜ਼ਿੰਦਾਬਾਦ, 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 ਧੰਨਵਾਦ ਸਰ। ਮੇਰੇ ਮੁਲਾਜ਼ਮ ਸਾਥੀਓ, ਮੇਰੇ ਤੋਂ ਪਹਿਲਾਂ ਸਾਡੇ ਬਹੁਤ ਹੀ ਸੀਨੀਅਰ ਸਾਥੀ ਸਰਦਾਰ ਸੁਰਜੀਤ ਸਿੰਘ ਜੀ ਬੈਂਸ ਸਾਹਿਬ ਨੇ ਬੜਾ ਹੀ ਵਿਸਥਾਰ ਦੇ ਨਾਲ ਸਾਨੂੰ ਦੱਸਤਾ ਹੈ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਜਦੋਂ ਆਈ ਹੈ, ਭਗਵੰਤ ਮਾਨ ਦੀ ਸਰਕਾਰ ਦਾ ਇਹ ਨਾਰਾ ਸੀ ਕਿ ਜਿੱਦਣ ਮੈਂ ਪੰਜਾਬ ਦੀ ਬਾਗਡੋਰ ਸੰਭਾਲਾਂਗਾ, ਮੇਰਾ ਜਿਹੜਾ ਹਰਾ ਪੈਨ ਹੈ ਉਹ ਮੁਲਾਜ਼ਮਾਂ ਦੇ ਲਈ, 3 ਕਰੋੜ ਪੰਜਾਬੀਆਂ ਦੇ ਲਈ ਮੇਰਾ ਹਰਾ ਪੈਨ ਜਿਹੜਾ ਵਰਤਿਆ ਜਾਊਗਾ। ਪਰ ਅੱਜ ਅਫਸੋਸ ਹੈ, ਪੰਜਾਬ ਦਾ ਮੁੱਖ ਮੰਤਰੀ
महाराजा सतौज पहला महाराजा कैप्टन अमरिंदर सिंह सी वो मोती महल चो नहीं निकलिया हूँ महाराजा सतौज पंजाब की बागडोर संभाली बैठा है जेड़ा ये कहता है कि मैं 3 करोड़ लोगों ने मैनू जताया है वो भाई 3 करोड़ लोगों के पंजाब का मुलाजम भी आता है वो 3 करोड़ लोगों के पंजाब के वह मुलाजम भी आते ने जेड़े 2004 तो बाद भर्ती हुए ने पंजाब के डेली वेजर मुलाजम भी आते ने जेड़े अज भी नोटिफिकेशन उड़ीक रहे ने पहला चन्नी आ बोर्ड ला गया 36-36 हजार के फिर भगवंत मान सिंह लाई जाता है सरदार बादल भी ला गया वो मुलाजम का कोई सानू दिखता नहीं किहड़ा पक्का होया सो सारे पंजाब के मुलाजम एक मुठ हो जाए क्योंकि जेड़े मेरे पुलिस वाले मेरे वीर जेड़े 2004 तो बाद भर्ती हुए ने यह भी पेंशन चाहते ने सिर्फ एक मजबूरी है कि इन्होंने वर्दी पाई हुई है अंदर इन्हों का मन भी कहता कि साडा जेड़ा बुढ़ापा है वह सुरक्षित हो साडा जेड़ा बुढ़ापा है वह ना रुले सो 9 दिसंबर न CPF कर्मचारी यूनियन पंजाब वालों सूबा पद्धर की रैली YPS चौंक से की जानी है उस रैली के पूरे पंजाब तो मुलाजम जेड़े 2004 तो बाद भर्ती हुए ने उन्होंने वड्डी गिणती चाहना है आपने इतो CM की कोठी तक आप घेराओ करना है इन्होंने शब्दों के नाल मैं थोड़ा सारिया का साथी रतीर का तह दिलों धन्यवाद करता हूं मैंने समा देने धन्यवाद जी।